ਲੋਕ ਸਭਾ ਚੋਣਾਂ ਦੇ ਵਿੱਚ ਐਨਡੀਏ ਦੀ ਵੱਡੀ ਜਿੱਤ ਤੋਂ ਬਾਅਦ ਅੱਜ ਪੀਐਮ ਨਰਿੰਦਰ ਮੋਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਲੈਣਗੇ ਤੇ ਠੀਕ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਨਵੇਂ ਮੰਤਰੀਆਂ ਦੇ ਨਾਲ ਵੀ ਗੱਲਬਾਤ ਕਰਨਗੇ ਤਾਂ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਨਵੇਂ ਮੰਤਰੀਆਂ ਨੂੰ ਵੀ ਮਿਲਣਗੇ ਨਰਿੰਦਰ ਮੋਦੀ ਤੇ ਇਸ ਦੇ ਨਾਲ ਹੀ ਨਵੇਂ ਮੰਤਰੀਆਂ ਦੇ ਨਾਲ ਚਾਹ ਦੇ ਉੱਤੇ ਇਹ ਮੁਲਾਕਾਤ ਹੋਣ ਜਾ ਰਹੀ ਹੈ ਤਾਂ ਕੈਬਨਿਟ ਦੇ ਵਿੱਚ ਸ਼ਾਮਲ ਹੋਣ ਲਈ ਸਾਂਸਦਾਂ ਨੂੰ ਹੁਣ ਫੋਨ ਕਾਲ ਜਾਣੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਨਿਤਿਨ ਗਡਕਰੀ ਤੇ ਰਾਜਨਾਥ ਸਿੰਘ ਨੂੰ ਪਹਿਲਾਂ ਫੋਨ ਗਿਆ ਅਤੇ ਅਮਿਤ ਸ਼ਾਹ ਤੇ ਪ੍ਰਹਲਾਦ ਜੋਸ਼ੀ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕੈਬਨਿਟ ਦੇ ਵਿੱਚ ਕਿਸ ਕਿਸ ਐਮਪੀ ਨੂੰ ਥਾਂ ਮਿਲੀ ਹੈ ਤਾਂ ਉਹਨਾਂ ਨੂੰ ਹੁਣ ਫੋਨ ਕਾਲ ਕੀਤੇ ਜਾ ਰਹੇ ਨੇ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਇਹ ਵਾਲਾ ਵਿਭਾਗ ਸੌਂਪਿਆ ਜਾਵੇਗਾ ਤਾਂ ਦੱਸ ਦਈਏ ਕਿ ਇਸ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਦਾ ਦੱਸਿਆ ਜਾ ਰਿਹਾ ਜਿਨ੍ਹਾਂ ਨੂੰ ਫੋਨ ਕਾਲ ਕੀਤੀ ਗਈ ਹੈ ਇਸ ਦੇ ਨਾਲ ਹੀ ਅਮਿਤ ਸ਼ਾਹ ਤੇ ਪ੍ਰਹਲਾਦ ਜੋਸ਼ੀ ਨੂੰ ਵੀ ਫੋਨ ਕਾਲ ਗਈ ਹੈ ਸ਼ਿਵਰਾਜ ਸਿੰਘ ਚੌਹਾਨ ਜਿਨ੍ਹਾਂ ਨੇ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਹੈ ਤੇ ਇਸ ਦੇ ਨਾਲ ਹੀ ਅਰਜੁਨ ਰਾਮ ਮੇਘਵਾਲ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਤੇ ਟੀਡੀਪੀ ਸਾਂਸਦ ਪੀ ਚੰਦਰ ਸ਼ੇਖਰ ਰਾਮ ਮੋਹਨ ਨਾਇਡੂ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਤਾਂ ਇਸ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਅਸੀਂ ਵੱਡੀ ਖਬਰ ਦੱਸ ਰਹੇ ਹਾਂ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਜੋ ਕੈਬਨਿਟ ਮੰਤਰੀਆਂ ਨੇ ਉਹਦੇ ਸਾਹਮਣੇ ਨੇ ਉਹਨਾਂ ਨੂੰ ਹੁਣ ਫੋਨ ਕਾਲ ਦੇ ਉੱਤੇ ਐਮਪੀ ਨੂੰ ਦੱਸਿਆ ਜਾ ਰਿਹਾ ਕਿ ਆਖਿਰ ਤੁਹਾਨੂੰ ਕਿਹੜਾ ਵਿਭਾਗ ਸੌਂਪਿਆ ਜਾ ਰਿਹਾ ਤਾਂ ਇਸੇ ਦੇ ਤਹਿਤ ਅਨੁਪ੍ਰਿਆ ਪਟੇਲ ਜੀਤਨ ਰਾਮ ਮਾਂਝੀ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਤੇ ਆਰਡੀਐਲ ਪ੍ਰਧਾਨ ਜੈਨਤ ਚੌਧਰੀ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਜਿਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਐਚ ਡੀ ਕੁਮਾਰਾ ਸਵਾਮੀ ਨੂੰ ਵੀ ਫੋਨ ਕਾਲ ਦੇ ਉੱਤੇ ਦੱਸਿਆ ਗਿਆ ਕਿ ਉਹਨਾਂ ਨੂੰ ਜਿਹੜੇ ਜਿਹੜੇ ਵਿਭਾਗ ਸੌਂਪੇ ਜਾਣੇ ਨੇ ਤਾਂ ਦੱਸ ਦਈਏ ਕਿ ਅੱਜ ਸ਼ਾਮ ਨੂੰ 7:15 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਪੀਐਮ ਮੋਦੀ ਆਪਣੇ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਵਜੋਂ ਹਲਫ ਲੈਣਗੇ ਤੇ ਇਸ ਦੇ ਨਾਲ ਹੀ ਕਈ ਕੈਬਨਿਟ ਮੰਤਰੀ ਵੀ ਸਹੁੰ ਚੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਤੇ ਆਪਣਾ ਹਲਫ ਲੈਣਗੇ ਪਰ ਇਸ ਦੇ ਤਹਿਤ ਦੱਸਿਆ ਜਾ ਰਿਹਾ ਕਿ ਹੁਣ ਜੋ ਐਮਪੀ ਨੇ ਉਹਨਾਂ ਨੂੰ ਕਿਹੜੇ ਕਿਹੜੇ ਵਿਭਾਗ ਸੌਂਪੇ ਜਾਣੇ ਨੇ ਉਹਨਾਂ ਐਮਪੀਜ਼ ਨੂੰ ਇਹ ਕਾਲ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਨਿਤਿਨ ਗਡਕਰੀ ਤੇ ਰਾਜਨਾਥ ਸਿੰਘ ਨੂੰ ਫੋਨ ਕਾਲ ਕੀਤੀ ਗਈ ਹੈ ਅਮਿਤ ਸ਼ਾਹ ਤੇ ਪ੍ਰਹਲਾਦ ਜੋਸ਼ੀ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਅੱਜ ਸ਼ਾਮ ਨੂੰ ਕਈ ਵਿਦੇਸ਼ਾਂ ਤੋਂ ਵੀ ਮਹਿਮਾਨ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਐਨਡੀਏ ਦੀ ਵੱਡੀ ਜਿੱਤ ਤੋਂ ਬਾਅਦ ਅੱਜ ਪੀਐਮ ਨਰਿੰਦਰ ਮੋਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਲੈਣਗੇ ਤੇ ਠੀਕ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਨਵੇਂ ਮੰਤਰੀਆਂ ਦੇ ਨਾਲ ਵੀ ਗੱਲਬਾਤ ਕਰਨਗੇ ਤਾਂ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਨਵੇਂ ਮੰਤਰੀਆਂ ਨੂੰ ਵੀ ਮਿਲਣਗੇ ਨਰਿੰਦਰ ਮੋਦੀ ਤੇ ਇਸ ਦੇ ਨਾਲ ਹੀ ਨਵੇਂ ਮੰਤਰੀਆਂ ਦੇ ਨਾਲ ਚਾਹ ਦੇ ਉੱਤੇ ਇਹ ਮੁਲਾਕਾਤ ਹੋਣ ਜਾ ਰਹੀ ਹੈ ਤਾਂ ਕੈਬਨਿਟ ਦੇ ਵਿੱਚ ਸ਼ਾਮਲ ਹੋਣ ਲਈ ਸਾਂਸਦਾਂ ਨੂੰ ਹੁਣ ਫੋਨ ਕਾਲ ਜਾਣੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਨਿਤਿਨ ਗਡਕਰੀ ਤੇ ਰਾਜਨਾਥ ਸਿੰਘ ਨੂੰ ਪਹਿਲਾਂ ਫੋਨ ਗਿਆ ਅਤੇ ਅਮਿਤ ਸ਼ਾਹ ਤੇ ਪ੍ਰਹਲਾਦ ਜੋਸ਼ੀ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕੈਬਨਿਟ ਦੇ ਵਿੱਚ ਕਿਸ ਕਿਸ ਐਮਪੀ ਨੂੰ ਥਾਂ ਮਿਲੀ ਹੈ ਤਾਂ ਉਹਨਾਂ ਨੂੰ ਹੁਣ ਫੋਨ ਕਾਲ ਕੀਤੇ ਜਾ ਰਹੇ ਨੇ ਤਾਂ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਇਹ ਵਾਲਾ ਵਿਭਾਗ ਸੌਂਪਿਆ ਜਾਵੇਗਾ ਤਾਂ ਦੱਸ ਦਈਏ ਕਿ ਇਸ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਦਾ ਦੱਸਿਆ ਜਾ ਰਿਹਾ ਜਿਨ੍ਹਾਂ ਨੂੰ ਫੋਨ ਕਾਲ ਕੀਤੀ ਗਈ ਹੈ ਇਸ ਦੇ ਨਾਲ ਹੀ ਅਮਿਤ ਸ਼ਾਹ ਤੇ ਪ੍ਰਹਲਾਦ ਜੋਸ਼ੀ ਨੂੰ ਵੀ ਫੋਨ ਕਾਲ ਗਈ ਹੈ ਸ਼ਿਵਰਾਜ ਸਿੰਘ ਚੌਹਾਨ ਜਿਨ੍ਹਾਂ ਨੇ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਹੈ ਤੇ ਇਸ ਦੇ ਨਾਲ ਹੀ ਅਰਜੁਨ ਰਾਮ ਮੇਘਵਾਲ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਤੇ ਟੀਡੀਪੀ ਸਾਂਸਦ ਪੀ ਚੰਦਰ ਸ਼ੇਖਰ ਰਾਮ ਮੋਹਨ ਨਾਇਡੂ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਤਾਂ ਇਸ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਅਸੀਂ ਵੱਡੀ ਖਬਰ ਦੱਸ ਰਹੇ ਹਾਂ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ
ਕਿ ਅੱਜ ਜੋ ਕੈਬਨਿਟ ਮੰਤਰੀਆਂ ਨੇ ਉਹਦੇ ਸਾਹਮਣੇ ਨੇ, ਉਹਨਾਂ ਨੂੰ ਹੁਣ ਫੋਨ ਕਾਲ ਦੇ ਉੱਤੇ MP ਨੂੰ ਦੱਸਿਆ ਜਾ ਰਿਹਾ ਕਿ ਆਖਿਰ ਤੁਹਾਨੂੰ ਕਿਹੜਾ ਵਿਭਾਗ ਸੌਂਪਿਆ ਜਾ ਰਿਹਾ। ਤਾਂ ਇਸੇ ਦੇ ਤਹਿਤ ਅਨੁਪ੍ਰਿਆ ਪਟੇਲ, ਜਿਤਨ ਰਾਮ ਮਾਂਝੀ ਨੂੰ ਵੀ ਫੋਨ ਕਾਲ ਕੀਤੀ ਗਈ ਹੈ ਅਤੇ RDL ਪ੍ਰਧਾਨ ਜਯੰਤ ਚੌਧਰੀ ਨੂੰ ਵੀ ਫੋਨ ਕਾਲ ਕੀਤੀ ਗਈ ਹੈ, ਜਿਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ HD ਕੁਮਾਰਾ ਸਵਾਮੀ ਨੂੰ ਵੀ ਫੋਨ ਕਾਲ ਦੇ ਉੱਤੇ ਦੱਸਿਆ ਗਿਆ ਕਿ ਉਹਨਾਂ ਨੂੰ ਜਿਹੜੇ ਜਿਹੜੇ ਵਿਭਾਗ ਸੌਂਪੇ ਜਾਣੇ ਨੇ। ਤਾਂ ਦੱਸ ਦਈਏ ਕਿ ਅੱਜ ਸ਼ਾਮ ਨੂੰ 7:15 ਰਾਸ਼ਟਰਪਤੀ ਭਵਨ ਦੇ ਵਿੱਚ PM ਮੋਦੀ ਆਪਣੇ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਵਜੋਂ ਹਲਫ ਲੈਣਗੇ ਅਤੇ ਇਸ ਦੇ ਨਾਲ ਹੀ ਕਈ ਕੈਬਨਿਟ ਮੰਤਰੀ ਵੀ ਸਹੁੰ ਚੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਆਪਣਾ ਹਲਫ ਲੈਣਗੇ। ਪਰ ਇਸ ਦੇ ਤਹਿਤ ਦੱਸਿਆ ਜਾ ਰਿਹਾ ਕਿ ਹੁਣ ਜੋ MP ਨੇ ਉਹਨਾਂ ਨੂੰ ਕਿਹੜੇ ਕਿਹੜੇ ਵਿਭਾਗ ਸੌਂਪੇ ਜਾਣੇ ਨੇ, ਉਹਨਾਂ MPs ਨੂੰ ਇਹ ਕਾਲ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਨੂੰ ਫੋਨ ਕਾਲ ਕੀਤੀ ਗਈ ਹੈ। ਅਮਿਤ ਸ਼ਾਹ ਅਤੇ ਪ੍ਰਹਲਾਦ ਜੋਸ਼ੀ ਨੂੰ ਵੀ ਫੋਨ ਕਾਲ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਅੱਜ ਸ਼ਾਮ ਨੂੰ ਕਈ ਵਿਦੇਸ਼ਾਂ ਤੋਂ ਵੀ ਮਹਿਮਾਨ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ।